ਆਓ ਅਸੀਂ ਹੁਣ ਚੱਲਦੇ ਹਾਂ ਸੋਮ ਬਾਜ਼ਾਰ ਦੇ ਅੰਦਰ। ਇਹ ਸਾਰੇ ਸੋਮ ਬਾਜ਼ਾਰ ਮਾਰਕੀਟ ਹੈ। ਦੇਖੋ ਜੀ ਕਾਫੀ ਸਾਰੇ ਸੂਟਸ ਨੇ, ਕਾਫੀ ਸਾਰੀ ਵਰਾਇਟੀ ਹੈ। ਤੁਹਾਨੂੰ ਲਹਿੰਗੇ ਮਿਲਦੇ ਆ, ਫੁਲਕਾਰੀ ਮਿਲਦੀ ਹੈ, ਸੂਟ ਮਿਲਦੇ ਨੇ, ਬ੍ਰਾਈਡਲ ਪਾਰਟੀ ਵੇਅਰ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲਦੀ ਹੈ ਇੱਥੇ। ਤੁਹਾਨੂੰ ਦੱਸ ਚੁੱਕੇ ਹਾਂ ਵੀ ਸੋਮ ਬਾਜ਼ਾਰ ਮਾਰਕੀਟ ਹੈ, ਘੱਟਾ ਜਾਮਨ ਸਿੰਘ ਤੁਸੀਂ ਅੰਦਰ ਐਂਟਰ ਕੀਤਾ। ਪਲਾਜ਼ੋ ਚਾਹੀਦੇ ਨੇ, ਪਜਾਮੇ ਚਾਹੀਦੇ ਨੇ, ਪੈਂਟਾਂ ਚਾਹੀਦੀਆਂ, ਬੱਚਿਆਂ ਦਾ ਸਮਾਨ, ਵੱਡਿਆਂ ਦਾ ਸਾਰਾ ਹੀ ਸਮਾਨ ਮਿਲਦਾ ਇੱਥੇ ਮਾਰਕੀਟ 'ਚ। ਸਪੈਸ਼ਲ ਮਾਰਕੀਟ ਹੈ ਸੋਮ ਬਾਜ਼ਾਰ ਦੀ, ਸਿਰਫ ਸੋਮਵਾਰ ਤੋਂ ਸੋਮਵਾਰ ਹੀ ਚੱਲਦੀ ਹੈ ਇੱਥੇ ਮਾਰਕੀਟ। ਤੁਹਾਨੂੰ ਦਿਖਾ ਚੁੱਕੇ ਹਾਂ ਲੇਡੀਜ਼ ਗਾਰਮੈਂਟਸ ਮਿਲਦੇ ਆ, ਜੈਂਟਸ ਮਿਲਦੇ ਆ, ਪੜਦੇ ਆ, ਰਜਾਈਆਂ ਨੇ, ਕੋਟਨ ਬੈੱਡ ਸ਼ੀਟਸ ਨੇ, ਹਰ ਚੀਜ਼ ਮਿਲਦੀ ਹੈ। ਕਿੰਨੇ ਤੋਂ ਸਟਾਰਟ ਹੈ ਗਾਇਸ? ਸਿਰਫ 350 ਤੋਂ ਸਟਾਰਟ ਹੈ। ਸਟਾਰਟਿੰਗ ਹੋ ਜਾਂਦੀ ਹੈ ਦੁਕਾਨ। ਸਰ ਮਾਰਕੀਟ ਦਾ ਨਾਮ ਦੱਸ ਦਿਓ। ਚਲੀਏ ਜੀ, ਓਕੇ ਜੀ, ਥੈਂਕਸ ਜੀ। ਅਭਿਸ਼ੇਕ ਜੀ ਨੇ ਸਬਸਕ੍ਰਾਈਬ ਕਰਤਾ ਚੈਨਲ, ਤੁਸੀਂ ਵੀ ਕਰ ਦਿਓ, ਕਰਤਾ ਸਬਸਕ੍ਰਾਈਬ, ਥੈਂਕਸ ਜੀ। ਓਕੇ ਅਭਿਸ਼ੇਕ ਭਾਈ, ਲੇਡੀਜ਼ ਸ਼ੂਜ਼ ਵੀ ਹੈਗੇ ਆ, ਪੰਜਾਬੀ ਜੁੱਤੀ ਵੀ ਹੈ। ਸਰ ਕਿੰਨੇ ਤੋਂ ਸਟਾਰਟ ਹੈ? 100 ਰੁਪੀਸ ਤੋਂ। ਕਿਹੜੇ ਵਾਲਾ ਕਿਹੜਾ ਗਾ? 100 ਤੋਂ। ਫਰੈਂਡਸ ਇਹ 100 ਰੁਪਏ ਤੋਂ ਸਟਾਰਟ ਹੈ, ਇਹ 150 ਤੋਂ, ਇਹ 200, ਇਹ ਸੈਂਡਲ ਟਾਈਪ 200 ਤੋਂ ਸਟਾਰਟ ਹੈ, ਇਹ 100 ਰੁਪਏ ਤੋਂ ਸਟਾਰਟ ਹੈ, 150 ਤੋਂ ਸਟਾਰਟ ਹੈ। ਓਕੇ ਸਰ, ਥੈਂਕਸ ਜੀ। ਤੋ ਗਾਇਸ ਚੱਪਲਸ ਦੇ ਚੱਪਲ ਦੇਖਦੇ ਆ ਕਿਸ ਤਰ੍ਹਾਂ ਦੀ ਮਿਲਦੀ ਹੈ। ਤੁਸੀਂ ਸੋਮ ਬਾਜ਼ਾਰ ਜਾ ਕੇ ਚੱਪਲ ਪਰਚੇਸ ਕਰਦੇ ਹੋਏ ਤਾਂ ਇੱਥੇ ਆ ਸਕਦੇ ਹੋ। ਚੱਪਲ ਕਿੰਨੇ ਤੋਂ ਸਟਾਰਟ ਹੈ ਜੀ? ਸਿਰਫ 50 ਰੁਪਏ ਤੋਂ ਸਟਾਰਟ ਗਾਇਸ। ਕਿਹੜੇ ਪੰਜਾਬ ਦੇ ਚੱਪਲ? ਚਲੋ ਜੀ ਗਾਇਸ, 150 ਰੁਪਏ ਦਾ ਗਾਇਸ। ਤੁਹਾਨੂੰ ਮਾਰਕੀਟ 'ਚ ਬੱਚਿਆਂ ਦੇ ਸੈਂਡਲ ਚਾਹੀਦੇ ਹੋਣ, ਬੱਚਿਆਂ ਵਾਸਤੇ ਸ਼ੂਜ਼ ਚਾਹੀਦੇ ਹੋਣ, ਉਹ ਵੀ ਅਵੇਲੇਬਲ ਨੇ, ਹੈਗੇ ਨੇ ਮਾਰਕੀਟ ਵਿੱਚ। ਸਰ ਕਿੰਨੇ ਤੋਂ ਸਟਾਰਟ ਹੁੰਦੇ? ਸਿਰਫ 100 ਰੁਪਏ ਤੋਂ ਸਟਾਰਟ ਹੈ ਜੀ। ਅਭੀ 100 ਰੁਪਏ ਤੋਂ ਸਟਾਰਟ ਹੈ। ਚਲੋ ਭਾਈ ਕਿੰਨੇ ਤੋਂ ਸਟਾਰਟ ਆ? 200 ਤੋਂ ਸਟਾਰਟ ਆ, ਇਹ 200 ਰੁਪਏ। ਫਰੈਂਡਸ ਤੁਹਾਨੂੰ 200 ਰੁਪਏ ਤੋਂ ਸਟਾਰਟ ਹੈ, ਪਿੱਛੇ 250 ਰੁਪਏ ਤੋਂ ਸਟਾਰਟ ਆ। ਗਾਇਸ ਤੁਹਾਨੂੰ 100 ਰੁਪਏ ਚੱਪਲ ਚਾਹੀਦੀ ਹੋਵੇ ਤਾਂ 100 ਰੁਪਏ ਦੀ ਮਿਲਦੀ ਹੈ। ਤੁਹਾਨੂੰ ਸੋਮ ਬਾਜ਼ਾਰ ਮਾਰਕੀਟ ਆਉਣਾ ਪਏਗਾ, ਕਟਰਾ ਜੰਮ ਸਿੰਘ ਵਾਲੀ ਸਾਈਡ 'ਤੇ। ਬਾਜ਼ਾਰ ਆਇਓ, ਮਾਰਕੀਟ 'ਚ ਸਮਾਨ ਲੈ, ਬੈਗ ਲੈਣਾ ਭੁੱਲ ਗਏ ਤਾਂ ਬੈਗ ਵੀ ਮਿਲਦੇ ਆ ਇੱਥੇ। ਗਾਇਸ 350 ਰੁਪਏ ਦਾ ਤੁਹਾਨੂੰ ਮਿਲੇਗਾ, 5.5 ਰੁਪਏ।
ਇਹ 550 ਦਾ ਦੁਪੱਟਾ ਕਿਸ ਤਰ੍ਹਾਂ ਨਾਲ ਹੈ ਇਹਨਾਂ ਹਾਂ ਪਿਓਰ ਦਾ ਦੁਪੱਟਾ ਇਹਨਾਂ ਸੈਲ ਕਸ 250 ਰੁਪਏ ਦਾ ਜਾਮਾ ਸਿੰਘ ਮਾਰਕੀਟ ਤੁਸੀਂ ਆ ਸਕਦੇ ਹੋ ਸੋਮ ਬਾਜ਼ਾਰ ਵਾਲੇ ਦਿਨ 250 ਤੁਹਾਨੂੰ ਮਿਲ ਰਿਹਾ ਉੱਥੇ ਫਰੈਂਡਸ 200 ਰੁਪਏ ਤੋਂ ਸਟਾਰਟ 300-400 ਤੋਂ ਘੱਟ ਤੇ ਲੈ ਕੇ ਸੈਂਟਰ ਪੈਡਿੰਗ ਲੱਗੀ ਅੰਦਰ ਨਾਲੇ ਪੈਚਿੰਗ ਸੋਲ 200 ਰੁਪਏ ਪੀਪੀਆਰ ਸੋਲ ਕਹਿੰਦੇ ਹੋ ਸੋਲ ਸਿਰਫ ਦੁਕਾਨ 'ਚ ਜ਼ਿਆਦਾ ਵਿਕਦਾ ਇਹ ਸਿਰਫ ਅਸੀਂ ਸੇਲ 'ਚ ਪੂਰੀ ਮਾਰਕੀਟ 'ਚ ਇਹੀ ਅਸੀਂ 200 ਰੁਪਏ 'ਚ ਦੇ ਰਹੇ ਹਾਂ ਇਹ ਸੋਲ ਇਹਦੇ ਵਿੱਚ ਕਲਰ ਪੀ ਗ੍ਰੇ ਸਕਿਨ ਤਿੰਨ ਕਲਰ ਬਹੁਤ ਵਧੀਆ ਨੋਨ ਸਿਲਕੀ ਆ ਜੀ ਮਸ਼ੀਨੀ ਸਿਲਾਈ ਇਹ ਗੱਲ ਵਿਦਾਊਟ ਮਸ਼ੀਨੀ ਹੁੰਦੀ ਹੈ ਮਸ਼ੀਨੀ ਸਿਲਾਈ ਹੈਗੀ ਆ ਡੀ ਪੀ ਆਰ ਸੋਲ ਹੈ ਪੂਰਾ ਕੈਮੀਕਲ ਲੱਗਾ ਹੋਇਆ ਅੱਜ ਕੱਲ੍ਹ ਉਹ ਫੈਬਰਿਕ ਵਾਲਾ ਹਿਸਾਬ ਨਹੀਂ ਹੁੰਦਾ ਕੈਮੀਕਲ ਚੱਲਦਾ ਕਿਸ ਰੇਂਜ 250 ਬਾਜ਼ਾਰ 'ਚ 350-400 ਓਕੇ ਭਾਅ ਜੀ ਥੈਂਕਸ ਜੀ